ਅੰਮ੍ਰਿਤਸਰ ਸਿਫਤੀ ਦਾ ਘਰ, ਇਸ ਸ਼ਹਿਰ ਦੀਆਂ ਜਿੰਨੀਆਂ ਵੀ ਸਿਫਤਾਂ ਕੀਤੀਆਂ ਜਾਣ ਉਹ ਘੱਟ ਨੇ। ਅਤੇ ਜਿਸ ਤਰੀਕੇ ਦੇ ਨਾਲ ਪੂਰੇ ਹਿੰਦੁਸਤਾਨ ਦੇ ਵਿੱਚ ਇਸ ਸਮੇਂ ਲੋਕਤੰਤਰ ਦਾ ਪਰਬ ਮਨਾਇਆ ਜਾ ਰਿਹਾ ਹੈ, ਉਸ ਪਰਬ ਦੀ ਤਿਆਰੀ ਵਿੱਚ ਅੰਮ੍ਰਿਤਸਰ ਦੇ ਲੋਕ ਵੀ ਰੁੱਝੇ ਹੋਏ ਨੇ। ਅਤੇ ਜਦੋਂ ਇਸ ਤਰ੍ਹਾਂ ਦੀਆਂ ਤਿਆਰੀਆਂ ਚੱਲ ਰਹੀਆਂ ਹੋਣ ਤਾਂ ਸਿਆਸੀ ਪਾਰਟੀਆਂ ਵੱਲੋਂ ਵੀ ਇਸ ਪਰਬ ਦੇ ਵਿੱਚ ਸ਼ਾਮਲ ਹੋਣ ਦੇ ਲਈ ਆਪਣੇ ਆਪਣੇ ਉਮੀਦਵਾਰ ਉਤਾਰ ਦਿੱਤੇ ਗਏ ਨੇ। ਪ੍ਰਮੁੱਖ ਪਾਰਟੀਆਂ ਜਿਵੇਂ ਆਮ ਆਦਮੀ ਪਾਰਟੀ ਨੇ ਕੁਲਦੀਪ ਸਿੰਘ ਧਾਲੀਵਾਲ ਨੂੰ ਚੋਣ ਮੈਦਾਨ 'ਚ ਭੇਜ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਨੇ ਇਸ ਵਾਰ ਤਰਨਜੀਤ ਸਿੰਘ ਸੰਧੂ ਨੂੰ ਮੈਦਾਨ 'ਚ ਉਤਾਰਿਆ ਹੈ। ਅਕਾਲੀ ਦਲ ਨੇ ਅਰੁਣ ਜੋਸ਼ੀ ਨੂੰ ਮੈਦਾਨ ਵਿੱਚ ਭੇਜ ਦਿੱਤਾ ਹੈ। ਅਤੇ ਇਸੇ ਤਰੀਕੇ ਦੇ ਨਾਲ ਕਾਂਗਰਸ ਨੇ ਗੁਰਜੀਤ ਔਜਲਾ ਨੂੰ ਵੀ ਮੈਦਾਨ 'ਚ ਭੇਜ ਦਿੱਤਾ ਹੈ। ਗੁਰਜੀਤ ਔਜਲਾ ਸਿਟਿੰਗ ਮੈਂਬਰ ਪਾਰਲੀਮੈਂਟ ਨੇ, 2017 ਦੀ ਚੋਣ ਵੀ ਉਹਨਾਂ ਨੇ ਜਿੱਤੀ ਸੀਗੀ। ਇਹਨਾਂ ਪਾਰਟੀਆਂ ਵੱਲੋਂ ਹੁਣ ਆਪਣੀਆਂ ਤਿਆਰੀਆਂ ਵੀ ਸ਼ੁਰੂ ਕਰ ਦਿੱਤੀਆਂ ਨੇ, ਚੋਣ ਪ੍ਰਚਾਰ ਵੀ ਸ਼ੁਰੂ ਕਰ ਦਿੱਤਾ ਹੈ। ਲੋਕ ਕਿਸ ਪਾਰਟੀ ਨੂੰ, ਕਿਸ ਉਮੀਦਵਾਰ ਨੂੰ ਹੁੰਗਾਰਾ ਦੇਣਗੇ, ਇਸ ਸੰਬੰਧ ਵਿੱਚ ਖਾਸ ਤੌਰ 'ਤੇ ਮਈ ਦੇ ਅਖੀਰ ਦੇ ਵਿੱਚ ਜ਼ਿਆਦਾ ਪਤਾ ਲੱਗੇਗਾ, ਕਿਉਂਕਿ ਪੰਜਾਬ ਦੇ ਵਿੱਚ ਜੋ ਚੋਣਾਂ ਹੋ ਰਹੀਆਂ ਨੇ ਉਹ ਅਖੀਰਲੇ ਪੜਾਅ ਦੇ ਵਿੱਚ ਹੋਣੀਆਂ ਨੇ। ਅਤੇ ਇਸ ਸੰਬੰਧ ਵਿੱਚ 2009 ਤੋਂ ਲੈ ਕੇ ਕਿਹੜੀ ਕਿਹੜੀ ਪਾਰਟੀ ਨੇ ਕਿਹੜੇ ਕਿਹੜੇ ਦਿੱਗਜ ਨੇਤਾ ਨੂੰ ਖੜ੍ਹਾ ਕੀਤਾ ਅਤੇ ਕਿਹੜੇ ਕਿਹੜੇ ਵੱਡੇ ਨੇਤਾ ਨੇ ਦੂਜੇ ਵੱਡੇ ਨੇਤਾ ਨੂੰ ਹਰਾਇਆ, ਬੜੀ ਦਿਲਚਸਪ ਰਿਪੋਰਟ ਹੈ, ਦੇਖਣੀ ਬਣਦੀ ਹੈ। ਦੇਖੋ ਉਹ ਰਿਪੋਰਟ। ਲੋਕ ਸਭਾ ਹਲਕਾ ਅੰਮ੍ਰਿਤਸਰ ਦੇ ਵੋਟਰਾਂ ਨੂੰ ਉਮੀਦਵਾਰਾਂ ਦਾ ਜ਼ਿਆਦਾ ਦੇਰ ਤੱਕ ਇੰਤਜ਼ਾਰ ਨਹੀਂ ਕਰਨਾ ਪਿਆ। ਸਾਰੀਆਂ ਹੀ ਪਾਰਟੀਆਂ ਨੇ ਆਪਣੇ ਉਮੀਦਵਾਰਾਂ ਦਾ ਜਲਦੀ ਹੀ ਐਲਾਨ ਕਰ ਦਿੱਤੇ ਤੇ ਕਾਂਗਰਸ ਨੇ ਆਪਣੇ ਸਿਟਿੰਗ ਮੈਂਬਰ ਪਾਰਲੀਮੈਂਟ ਗੁਰਜੀਤ ਸਿੰਘ ਔਜਲਾ ਤੇ ਦਾਅ ਖੇਡੇ ਹੈ। ਭਾਰਤੀ ਜਨਤਾ ਪਾਰਟੀ ਇਸ ਵਾਰ ਅਕਾਲੀ ਦਲ ਤੋਂ ਅਲੱਗ ਹੋ ਕੇ ਚੋਣਾਂ ਲੜ ਰਹੀ ਹੈ ਤੇ ਉਸਨੇ ਅਮਰੀਕਾ ਦੇ ਸਾਬਕਾ ਰਾਜਦੂਤ ਤਰਨਜੀਤ ਸਿੰਘ ਸੰਧੂ ਚੋਣ ਮੈਦਾਨ 'ਚ ਉਤਾਰਿਆ। ਅਕਾਲੀ ਦਲ ਨੇ ਭਾਜਪਾ ਤੋਂ ਅਲੱਗ ਹੋ ਕੇ ਅਨਿਲ ਜੋਸ਼ੀ ਨੂੰ ਚੋਣ ਅਖਾੜੇ 'ਚ ਭੇਜਿਆ। ਸੱਤਾਧਾਰੀ ਆਮ ਆਦਮੀ ਪਾਰਟੀ ਨੇ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਨੂੰ ਇਸ ਸਿਆਸੀ ਯੁੱਧ ਵਿੱਚ ਭੇਜਿਆ। ਲੋਕ ਸਭਾ ਹਲਕਾ ਅੰਮ੍ਰਿਤਸਰ ਵਿੱਚ ਅਜਨਾਲਾ, ਰਾਜਾ ਸਾਂਸੀ, ਅੰਮ੍ਰਿਤਸਰ ਨੌਰਥ, ਅੰਮ੍ਰਿਤਸਰ ਸਾਊਥ, ਅੰਮ੍ਰਿਤਸਰ ਸੈਂਟਰ, ਅੰਮ੍ਰਿਤਸਰ ਈਸਟ, ਅੰਮ੍ਰਿਤਸਰ ਵੈਸਟ, ਮਜੀਠਾ ਤੇ ਅਟਾਰੀ ਵਿਧਾਨ ਸਭਾ ਹਲਕੇ ਆਉਂਦੇ ਨੇ ਤੇ ਇਸ ਹਲਕੇ ਵਿੱਚ 12,41,129 ਵੋਟਰ ਨੇ। ਇਸ ਚੋਣ ਹਲਕੇ ਦੇ 2009 ਤੋਂ ਹੁਣ ਤੱਕ ਦੇ ਇਤਿਹਾਸ ਵੱਲ ਜੇਕਰ ਝਾਤ ਮਾਰੀਏ ਤਾਂ ਪਤਾ ਲੱਗਦਾ ਹੈ ਕਿ 2009 ਦੀਆਂ ਆਮ ਚੋਣਾਂ ਵਿੱਚ ਪ੍ਰਸਿੱਧ ਕ੍ਰਿਕਟਰ ਨਵਜੋਤ ਸਿੰਘ ਸਿੱਧੂ ਜੋ ਕਿ ਸਿਆਸਤ ਵਿੱਚ ਆ ਗਏ ਸਨ ਨੂੰ ਭਾਜਪਾ ਨੇ ਚੋਣ ਮੈਦਾਨ 'ਚ ਉਤਾਰਿਆ ਸੀ, ਜਿਨ੍ਹਾਂ ਨੇ ਕਾਂਗਰਸ ਦੇ ਓਮ ਪ੍ਰਕਾਸ਼ ਸੋਨੀ ਨੂੰ ਹਰਾਇਆ ਸੀ। ਸਿੱਧੂ ਨੂੰ 3,92,046 ਵੋਟਾਂ ਪਈਆਂ ਸਨ, ਜਦੋਂ ਕਿ ਸੋਨੀ ਨੂੰ 3,85,188 ਵੋਟਾਂ ਪਈਆਂ। 2014 ਦੀ ਆਮ ਚੋਣਾਂ ਵਿੱਚ ਭਾਰਤੀ ਜਨਤਾ ਪਾਰਟੀ ਨੇ ਆਪਣੇ ਦਿੱਗਜ ਨੇ ਅਰੁਣ ਜੇਤਲੀ ਨੂੰ ਬਾਦਲਾਂ ਦੇ ਭਰੋਸੇ ਚੋਣ ਮੈਦਾਨ ਵਿੱਚ ਉਤਾਰ ਦਿੱਤਾ। ਕਾਂਗਰਸ ਨੇ ਵੀ ਇਸ ਮੌਕੇ ਵੱਡਾ ਖੇਡ ਖੇਡਿਆ ਤੇ ਕੈਪਟਨ ਅਮਰਿੰਦਰ ਸਿੰਘ ਵਰਗੇ ਸ਼ਕਤੀਸ਼ਾਲੀ ਉਮੀਦਵਾਰ ਨੂੰ ਟੱਕਰ ਦੇਣ ਲਈ ਚੋਣ ਅਖਾੜੇ 'ਚ ਉਤਾਰ ਦਿੱਤਾ। ਕਾਂਗਰਸ ਦੀ ਚਾਲ ਸਿੱਧੀ ਪੈ ਗਈ ਤੇ ਕੈਪਟਨ ਨੇ ਜੇਤਲੀ ਨੂੰ 4 ਖਾਨੇ ਚਿੱਤ ਕਰ ਦਿੱਤਾ। ਕੈਪਟਨ ਨੂੰ 4,82,876 ਵੋਟਾਂ ਮਿਲੀਆਂ, ਜਦੋਂ ਕਿ ਜੇਤਲੀ ਨੂੰ 3,80,106 ਵੋਟਾਂ ਨਾਲ ਸੰਤੁਸ਼ਟ ਹੋਣਾ ਪਿਆ। ਇਸ ਵਾਰ ਆਮ ਆਦਮੀ ਪਾਰਟੀ ਵੀ ਮੈਦਾਨ 'ਚ ਉਤਰੀ, ਜਿਸ ਨੇ ਅੱਖਾਂ ਦੇ ਪ੍ਰਸਿੱਧ ਡਾਕਟਰ ਦਲਜੀਤ ਸਿੰਘ ਆਪਣਾ ਉਮੀਦਵਾਰ ਬਣਾਇਆ, ਜਿਨ੍ਹਾਂ ਨੂੰ 82,633 ਵੋਟਾਂ ਹੀ ਪਈਆਂ। ਕੈਪਟਨ ਅਮਰਿੰਦਰ ਸਿੰਘ ਕੇਂਦਰੀ ਸਿਆਸਤ ਵਿੱਚ ਨਹੀਂ ਜਾਣਾ ਚਾਹੁੰਦੇ ਸੀ ਤੇ ਉਪਰੋਂ ਵਿਧਾਨ ਸਭਾ ਚੋਣਾਂ ਵੀ ਸਿਰ ਤੇ ਸਨ ਤੇ ਉਹਨਾਂ ਨੇ ਲੋਕ ਸਭਾ ਤੋਂ ਅਸਤੀਫਾ ਦੇ ਦਿੱਤਾ। 2017 'ਚ ਇੱਕ ਵਾਰ ਫੇਰ ਵੋਟਾਂ ਪਈਆਂ। ਇਸ ਵਾਰ ਕਾਂਗਰਸ ਵੱਲੋਂ ਗੁਰਜੀਤ ਸਿੰਘ ਔਜਲਾ ਮੈਦਾਨ 'ਚ ਉਤਰੇ, ਜਦਕਿ ਭਾਜਪਾ ਦੇ ਰਜਿੰਦਰ ਮੋਹਨ ਸਿੰਘ ਛੀਨਾ ਚੋਣ ਮੈਦਾਨ 'ਚ ਉਤਰੇ। ਔਜਲਾ ਨੂੰ 5,08,000
ਹਾਰ 153 ਵੋਟਾਂ ਪਈਆਂ, ਜਦੋਂ ਕਿ ਛਿੰਨਾ ਨੂੰ 3,08,964 ਵੋਟਾਂ ਹੀ ਮਿਲੀਆਂ। ਆਮ ਆਦਮੀ ਪਾਰਟੀ ਦੇ ਉਪਕਾਰ ਸਿੰਘ ਸੰਧੂ ਨੇ 1,49,984 ਵੋਟਾਂ ਹਾਸਲ ਕੀਤੀਆਂ। 2019 ਦੀਆਂ ਆਮ ਚੋਣਾਂ ਚ ਇਕ ਵਾਰ ਫਿਰ ਕਾਂਗਰਸ ਨੇ ਗੁਰਜੀਤ ਸਿੰਘ ਔਜਲਾ ਨੂੰ ਚੋਣ ਮੈਦਾਨ ਚ ਭੇਜਿਆ, ਜਿਨ੍ਹਾਂ ਨੇ ਭਾਜਪਾ ਦੇ ਅਫਸਰ ਸ਼ਾਹੀ ਤੋਂ ਸਿਆਸਤ ਵਿਚ ਆਏ ਹਰਦੀਪ ਸਿੰਘ ਪੁਰੀ ਨੂੰ ਚੋਣ ਅਖਾੜੇ ਵਿਚ ਭੇਜਿਆ। ਔਜਲਾ ਨੂੰ 4,45,032 ਵੋਟਾਂ ਮਿਲੀਆਂ, ਜਦੋਂ ਕਿ ਪੁਰੀ ਨੂੰ 3,45,406 ਵੋਟਾਂ ਮਿਲੀਆਂ। ਦਿਲਚਸਪ ਗੱਲ ਇਹ ਹੈ ਕਿ ਆਮ ਆਦਮੀ ਪਾਰਟੀ ਦੇ ਕੁਲਦੀਪ ਸਿੰਘ ਧਾਰੀਵਾਲ ਨੂੰ 20,087 ਵੋਟਾਂ ਹੀ ਪ੍ਰਾਪਤ ਹੋਈਆਂ। ਲੋਕ ਸਭਾ ਹਲਕਾ ਅੰਮ੍ਰਿਤਸਰ ਵਿਚ ਇਸ ਸਮੇਂ ਸਿਆਸੀ ਸਰਗਰਮੀਆਂ ਪੂਰੀ ਤੇਜ਼ੀ ਨਾਲ ਚੱਲ ਰਹੀਆਂ ਨੇ। ਸਾਰੀਆਂ ਹੀ ਸਿਆਸੀ ਪਾਰਟੀਆਂ ਜਿੱਤਣ ਦਾ ਦਾਅਵਾ ਕਰ ਰਹੀਆਂ ਨੇ, ਪਰ ਸਾਰੀਆਂ ਪਾਰਟੀਆਂ ਦੇ ਸਾਹਮਣੇ ਬਹੁਤ ਸਾਰੀਆਂ ਰੁਕਾਵਟਾਂ ਨੇ। ਸੰਧੂ ਲਈ ਕਿਸਾਨਾਂ ਨੇ ਬਹੁਤ ਜ਼ਿਆਦਾ ਸਮੱਸਿਆਵਾਂ ਖੜੀਆਂ ਕੀਤੀਆਂ ਪਈਆਂ ਨੇ। ਭਾਜਪਾ ਉਮੀਦਵਾਰਾਂ ਨੂੰ ਪਿੰਡਾਂ 'ਚ ਦਾਖਲ ਨਹੀਂ ਹੋਣ ਦਿੱਤਾ ਜਾ ਰਿਹਾ। ਬਾਕੀ 4 ਜੂਨ ਨੂੰ ਪਤਾ ਲੱਗੇਗਾ ਕਿ 1 ਜੂਨ ਨੂੰ ਉੱਥੇ ਦੇ ਲੋਕਾਂ ਨੇ ਕਿਸ ਉਮੀਦਵਾਰ ਨੂੰ ਦੱਬ ਕੇ ਵੋਟਾਂ ਪਾਈਆਂ ਸਨ। ਤੁਸੀਂ ਉਹ ਰਿਪੋਰਟ ਦੇਖੀ, ਇਹਦੇ ਨਾਲ ਨਾਲ ਅਸੀਂ ਸਾਡੇ ਜਿਹੜੇ ਸਟਾਫ ਰਿਪੋਰਟਰ ਨੇ ਸੁਖਦੇਵ ਸਿੰਘ ਨਵਾਂ ਸ਼ਹਿਰ, ਉਹਨਾਂ ਨੇ ਇਸ ਸਾਰੇ ਘਟਨਾਕ੍ਰਮ ਨੂੰ ਨੇੜਿਓਂ ਦੇਖਿਆ, ਜਾਣਕਾਰੀ ਹਾਸਲ ਕੀਤੀ ਹੈ ਅਤੇ ਅੰਮ੍ਰਿਤਸਰ ਦੇ ਲੋਕ ਕਿਸ ਤਰੀਕੇ ਦੇ ਨਾਲ ਹੰਗਾਰਾ ਦੇ ਰਹੇ ਨੇ ਸਿਆਸੀ ਪਾਰਟੀਆਂ ਨੂੰ ਅਤੇ ਕਿਹੜੀ ਕਿਹੜੀ ਪਾਰਟੀ ਨੇ ਕੀ ਪ੍ਰਾਪਤੀਆਂ ਨੇ ਅਤੇ ਖਾਸ ਤੌਰ 'ਤੇ ਅੰਮ੍ਰਿਤਸਰ ਲੋਕ ਸਭਾ ਹਲਕੇ ਦੇ ਵਿੱਚ ਕਿਸ ਤਰ੍ਹਾਂ ਦੀ ਡਿਵੈਲਪਮੈਂਟ ਹੋਣੀ ਚਾਹੀਦੀ ਹੈ, ਉਸ ਸਾਰੇ ਮੁੱਦਿਆਂ ਨੂੰ ਲੈ ਕੇ ਸੁਖਦੇਵ ਸਿੰਘ ਨਵਾਂਸ਼ਹਿਰ ਵਾਲਿਆਂ ਨੇ ਇਹ ਗੱਲਬਾਤ ਉਹਨਾਂ ਨਾਲ ਹੋਈ ਸੀਗੀ ਅਤੇ ਉਹ ਗੱਲਬਾਤ ਵੀ ਸੁਣੋ। ਸੁਖਦੇਵ ਜੀ, ਤੁਹਾਡਾ ਸਵਾਗਤ ਹੈ। ਧੰਨਵਾਦ ਜੀ, ਧੰਨਵਾਦ ਜੀ। ਹਾਂਜੀ ਸੁਖਦੇਵ ਜੀ, ਤੁਸੀਂ ਜਿਸ ਤਰੀਕੇ ਨਾਲ ਜਾਣਕਾਰੀ ਹਾਸਲ ਕੀਤੀ ਹੈ, ਕੀ ਹਾਲਾਤ ਨੇ ਇੱਥੇ? ਦੇਖੋ, ਅੰਮ੍ਰਿਤਸਰ ਜਿਹੜਾ ਹੈਗਾ ਇੱਕ ਸਰਹੱਦੀ ਜਿਹੜਾ ਲੋਕ ਸਭਾ ਹਲਕਾ ਹੈਗਾ ਤੇ 9 ਵਿਧਾਨ ਸਭਾ ਨੇ ਇਹਨਾਂ ਦੀਆਂ ਜੀ, ਤੇ ਪਾਕਿਸਤਾਨ ਦੇ ਦੇਖੋ ਬਾਰਡਰ ਦੇ ਬਿਲਕੁਲ ਨਾਲ ਦਾ ਏਰੀਆ ਹੈਗਾ ਸਾਰਾ, ਤੇ ਇੱਕ ਜਿਹੜੀ ਹੈਗੀ ਟੂਰਿਸਟ ਹੱਬ ਆ ਜਿਹੜੀ ਅੰਮ੍ਰਿਤਸਰ ਸਾਹਿਬ ਹੈਗਾ, ਸ੍ਰੀ ਦਰਬਾਰ ਸਾਹਿਬ ਕਰਕੇ ਹੋਰ ਦੇਖੋ ਧਾਰਮਿਕ ਸਥਾਨ ਆ ਉੱਥੇ, ਤੇ ਸਾਰੇ ਜਿੰਨੀਆਂ ਵੀ ਆਪਣੀਆਂ ਹੈਗੀਆਂ ਸਿੱਖ ਭਾਵਨਾ, ਹਿੰਦੂ ਭਾਵਨਾ, ਸਭ ਭਾਵਨਾ ਜਿਹੜੀਆਂ ਹੈਗੀਆਂ ਉੱਥੇ ਉਸ ਸ਼ਹਿਰ ਦੇ ਨਾਲ ਜੁੜੀਆਂ, ਉੱਥੋਂ ਦੇ ਲੋਕਾਂ ਦੀਆਂ ਜੁੜੀਆਂ ਜੀ। ਤੇ ਉੱਥੋਂ ਦੇਖੋ ਹੁਣ ਪਾਰਟੀਆਂ ਨੇ ਸਾਰਿਆਂ ਨੇ ਆਪਣੇ ਆਪਣੇ ਉਮੀਦਵਾਰ ਜਿਹੜੇ ਹੈਗੇ ਆ ਖੜੇ ਕੀਤੇ ਆ, ਤੇ ਆਮ ਆਦਮੀ ਪਾਰਟੀ ਵੱਲੋਂ ਵੀ ਜਿੱਦਾਂ ਤੁਸੀਂ ਦੱਸਿਆ ਕਿ ਕੈਬਨਿਟ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਜੀ ਮੈਦਾਨ 'ਚ ਆਏ ਨੇ, ਤੇ ਸ਼੍ਰੋਮਣੀ ਅਕਾਲੀ ਦਲ ਵੱਲੋਂ ਜੋ ਪਹਿਲਾਂ ਬੀਜੇਪੀ ਵਿੱਚ ਸੀਗੇ ਅਨਿਲ ਜੋਸ਼ੀ ਜੀ, ਤੇ ਹੁਣ ਅਕਾਲੀ ਦਲ ਵਿੱਚ ਨੇ ਤੇ ਉਹ ਵੀ ਸਾਬਕਾ ਕੈਬਨਿਟ ਮੰਤਰੀ ਨੇ, ਤੇ ਕਾਫੀ ਉਹਨਾਂ ਦਾ ਵੀ ਜਿਹੜਾ ਹੈਗਾ ਜੇ ਲੋਕਾਂ ਦੇ ਹਿਸਾਬ ਦੇ ਨਾਲ ਸ਼ਹਿਰ ਦੇ ਲੋਕ ਜਿਹੜੇ ਹੈਗੇ ਹਿੰਦੂ ਮੈਜੋਰਿਟੀ ਜਿਹੜੀ ਉਹਨਾਂ ਦੇ ਨਾਲ ਕਾਫੀ ਜੁੜੀ ਹੋਈ ਆ, ਤੇ ਦੂਜੀ ਹੈਗੀ ਆ ਜਿਹੜਾ ਸ਼੍ਰੋਮਣੀ ਅਕਾਲੀ ਦਲ ਦਾ ਪਿੰਡਾਂ ਦੇ ਵਿੱਚ ਜਿਹੜਾ ਕਾਫੀ ਆਧਾਰ ਹੈਗਾ ਆ, ਜਿੱਦਾਂ ਉੱਥੇ ਮਜੀਠਾ ਹਲਕਾ ਲੈਗਾ ਹੈਗਾ ਤੇ ਬਿਕਰਮ ਸਿੰਘ ਮਜੀਠੀਆ ਦਾ ਕਾਫੀ ਉੱਧਰ ਗੜ ਆ ਉਸ ਏਰੀਏ ਦੇ ਵਿੱਚ, ਤੇ ਸ਼੍ਰੋਮਣੀ ਅਕਾਲੀ ਦਲ ਦੀ ਵੀ ਕਾਫੀ ਪਿੰਡਾਂ ਦੇ ਵਿੱਚ ਜਿਹੜੀ ਵੋਟ ਹੈਗੀ ਆ। ਤੇ ਕਾਂਗਰਸ ਪਾਰਟੀ ਨੇ ਗੁਰਜੀਤ ਸਿੰਘ ਔਜਲਾ ਜੀ ਨੇ 2 ਵਾਰੀ ਪਹਿਲਾਂ MP ਰਹਿ ਚੁੱਕੇ ਨੇ, ਤੇ ਇੱਕ ਲੋਕਲ ਨੇ ਜੀ। ਇੱਕ ਦਰਸ਼ਨ ਜੀ ਕਿ ਲੋਕ ਅੱਜ ਕੱਲ ਇਹ ਵੀ ਦੇਖਦੇ ਆ ਕਿ ਉਮੀਦਵਾਰ ਜਿਹੜਾ ਹੈਗਾ ਕਿ ਸਾਡੇ ਇਲਾਕੇ ਦਾ ਹੋਵੇ ਜਿਹਦੇ ਕੋ ਅਸੀਂ ਜਾ ਸਕੀਏ, ਕਿਉਂਕਿ ਪਹਿਲਾਂ ਦੇਖੋ ਕਈ ਪਾਰਟੀਆਂ ਵੱਲੋਂ ਉਮੀਦਵਾਰ ਏਦਾਂ ਦੇ ਲਾ ਦਿੱਤੇ ਜਾਂਦੇ ਆ, ਥੋੜਾ ਟਾਈਮ ਉੱਥੇ ਆ ਕੇ ਕੋਠੀ ਲੈ ਲੈਣੀ ਆ ਤੇ ਇਲੈਕਸ਼ਨ ਲੜਨੀ ਆ ਤਾਂ ਫਿਰ ਉੱਥੋਂ ਲੱਭਦੇ ਨੀ ਲੋਕਾਂ ਲਈ, ਇਹ ਵੀ ਬਹੁਤ ਇੱਕ ਵੱਡੀ ਜਿਹੜੀ ਸਮੱਸਿਆ ਹੈਗੀ ਆ। ਠੀਕ ਹੈ। ਬੀਜੇਪੀ ਵੱਲੋਂ ਜਿੱਦਾਂ ਤੁਸੀਂ ਦੱਸਿਆ ਤਰਨਜੀਤ ਸਿੰਘ ਸੰਧੂ ਜਿਹੜੇ ਅੰਬੈਸਡਰ ਰਹੇ ਨੇ ਅਮਰੀਕਾ ਦੇ ਵਿੱਚ, ਤੇ ਉਹ ਇੱਥੇ ਦੇ ਲੋਕਾਂ ਲਈ ਇੱਕ ਨਵੇਂ ਨੇ ਜੀ, ਤੇ ਹੁਣੇ ਆ ਕੇ ਉਹਨਾਂ ਨੇ ਉੱਥੇ ਜਿਹੜਾ ਹੈਗਾ ਵਰਕ ਸ਼ੁਰੂ ਕੀਤਾ ਹੈਗਾ, ਤੇ ਬੀਜੇਪੀ ਦਾ ਦੇਖੋ ਦਰਸ਼ਨ ਜੀ
ਸ਼ਹਿਰੀ ਵੋਟ ਬੀਜੇਪੀ ਨਾਲ ਹੈ, ਲੇਕਿਨ ਪਿੰਡਾਂ ਦੇ ਵਿੱਚ ਜਿਹੜੇ ਹੈਗਾ ਨਾ ਕਾਫੀ ਵਿਰੋਧ ਹੋ ਰਿਹਾ। ਕਿਸਾਨ ਦਾ ਜਿਹੜਾ ਮੁੱਦਾ ਹੈਗਾ, ਕਿਸਾਨ ਕਾਫੀ ਬੀਜੇਪੀ ਦਾ ਵਿਰੋਧ ਕਰਦੇ ਆ। ਤੇ ਦੂਜਾ ਹੈਗਾ BSP ਦਾ ਜੀ, BSP ਨੇ ਹਜੇ ਤੱਕ ਕੋਈ ਉਮੀਦਵਾਰ ਦਾ ਐਲਾਨ ਨਹੀਂ ਕੀਤਾ ਜੀ, ਤੇ ਦੇਖਣਾ ਹੋਏਗਾ ਕਿਹੜਾ BSP ਕਿਹੜਾ ਉਮੀਦਵਾਰ ਉੱਥੇ ਐਲਾਨ ਕਰਦੀ ਆ। ਤੇ ਅਕਾਲੀ ਦਲ ਅੰਮ੍ਰਿਤਸਰ ਵੱਲੋਂ ਜਿਹੜਾ ਹੈਗਾ ਸਰਦਾਰ ਸਿਮਰਜੀਤ ਸਿੰਘ ਮਾਨ ਜੀ ਦੇ ਬੇਟੇ ਹੈਗੇ ਨੇ ਇਮਾਨ ਸਿੰਘ ਜੀ ਇਮਾਨ, ਜਿਹੜੇ ਜਿਹਨਾਂ ਨੂੰ ਕਿ ਚੋਣ ਮੈਦਾਨ ਵਿੱਚ ਉਤਾਰਿਆ ਗਿਆ ਜੀ। ਹੁਣ ਮਸਲਾ ਗੱਲ ਇਸ ਤਰ੍ਹਾਂ ਹੈਗੀ ਆ ਕਿ ਜਿਹੜੇ ਹਾਲਾਤ ਨੇ, ਦਰਸ਼ਨ ਜੀ ਆਪੋ ਆਪਣੀਆਂ ਸਾਰੀ ਵਾਹੋਵਾਹੀ ਜ਼ੋਰ ਲਾ ਰਹੇ ਆ ਜੀ, ਅਸੀਂ ਜਿਹੜਾ ਹੈਗਾ ਕਿਸੇ ਤਰ੍ਹਾਂ ਇਲੈਕਸ਼ਨ ਜਿਹੜੀ ਹੈਗੀ ਆ ਅਸੀਂ ਇਹ ਜਿੱਤੀਏ। ਤੇ ਕਿਉਂਕਿ ਜਿਹੜੀ ਆਮ ਆਦਮੀ ਪਾਰਟੀ ਵੱਲੋਂ ਵੀ ਕੁਲਦੀਪ ਸਿੰਘ ਧਾਲੀਵਾਲ ਕੈਬਨਿਟ ਮੰਤਰੀ ਨੇ ਵੱਡਾ ਚਿਹਰਾ ਨੇ, ਤੇ ਲੋਕਾਂ ਦੇ ਵਿੱਚ ਦੇਖੋ ਜੋ ਇਹਨਾਂ ਨੇ ਕੰਮ ਕੀਤੇ ਨੇ ਉਹ ਵੀ ਜਿਹੜੇ ਹੈਗੇ ਆ, ਕਈ ਚੀਜ਼ਾਂ ਹੈਗੀਆਂ ਜਿਹੜੀਆਂ ਲੋਕਾਂ ਨੂੰ ਚੰਗੀਆਂ ਲੱਗੀਆਂ, ਕਈ ਚੀਜ਼ਾਂ ਨਹੀਂ ਚੰਗੀਆਂ ਲੱਗਦੀਆਂ, ਉਹਦੇ ਹਿਸਾਬ ਦੇ ਨਾਲ ਕਾਫੀ ਜਿਹੜਾ ਜ਼ੋਰ ਚੱਲਦਾ। ਇੱਕ ਦਰਸ਼ਨ ਜੀ ਜਿਹੜਾ ਮੇਨ ਗੱਲ ਹੈਗੀ ਕਿ ਹੁਣ ਜਿਹੜੇ ਹਾਲਾਤ ਨੇ ਨਾ ਇਸ ਟਾਈਮ ਜਿਹੜੇ ਚੱਲ ਰਹੇ ਨੇ, ਇਹ ਆਉਣ ਵਾਲੇ ਦਿਨਾਂ ਦੇ ਵਿੱਚ ਨਾ ਥੋੜਾ ਜਿਹਾ ਚੇਂਜ ਹੋਣਗੇ। ਠੀਕ ਹੈ, ਆਉਣ ਵਾਲੇ ਦਿਨਾਂ ਵਿੱਚ ਚੇਂਜ ਇਸ ਤਰ੍ਹਾਂ ਹੋਣਗੇ ਕਿ ਪੂਰੇ ਹਿੰਦੁਸਤਾਨ ਦੇ ਵਿੱਚ ਜਿਹੜੀਆਂ ਵੋਟਾਂ ਦਾ ਸਿਲਸਿਲਾ ਚੱਲਦਾ ਤੇ ਇਹ ਵੋਟਾਂ ਸਾਰੀਆਂ ਖਤਮ ਹੋ ਜਾਣੀਆਂ, ਤੇ ਜਿਹੜੇ ਵੱਡੇ ਲੀਡਰ ਹੋਣਗੇ, ਵੱਡੀਆਂ ਵੱਡੀਆਂ ਪਾਰਟੀਆਂ ਦੇ ਲੀਡਰ ਹੋਣਗੇ, ਉਹ ਜ਼ਿਆਦਾਤਰ ਇਹਨਾਂ ਜਿਹੜੀਆਂ ਹੈਗੀਆਂ ਲੋਕ ਸਭਾ ਹਲਕੇ ਜਿਹੜੇ ਮੇਨ ਹੈਗੇ ਆ, ਜਿੱਦਾਂ ਅੰਮ੍ਰਿਤਸਰ ਹੋ ਗਿਆ ਤੇ ਬਠਿੰਡਾ ਹੋ ਗਿਆ, ਇਸ ਤਰ੍ਹਾਂ ਦੀਆਂ ਜਿਹੜੀਆਂ ਹੈਗੀਆਂ ਲੋਕ ਸਭਾ ਦੇ ਵਿੱਚ ਆ ਕੇ ਆਪਣਾ ਆਪਣਾ ਪ੍ਰਚਾਰ ਜ਼ੋਰਾਂ ਸ਼ੋਰਾਂ ਨਾਲ ਕਰਨਗੇ ਜੀ ਜੀ। ਤੇ ਉਦੋਂ ਜਿਹੜੇ ਸਮੀਕਰਨ ਜਿਹੜੇ ਹੈਗੇ ਆ ਦਰਸ਼ਨ ਜੀ, ਕੋਈ ਦੇਖੋ ਕਿਸ ਤਰ੍ਹਾਂ ਬਦਲਦੇ ਆ ਕਿ ਹਰ ਪਾਰਟੀ ਆਪਣਾ ਜਿਹੜਾ ਪੂਰਾ ਜਿਹੜਾ ਜ਼ੋਰ ਲਾਏਗੀ, ਕਿਉਂਕਿ ਜਿਹੜਾ ਹੈਗਾ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਜਿਹੜੇ ਹੈਗੇ ਆ ਇਹਨਾਂ ਵੱਲੋਂ ਵੀ ਕਾਫੀ ਜਿਹੜਾ ਰੋਡ ਸ਼ੋਅ ਕੱਢੇ ਜਾ ਰਹੇ ਆ, ਤੇ ਇਹਨਾਂ ਦਾ ਵੀ ਜਿਹੜਾ ਹੈਗਾ ਦੇਖੋ ਅੱਗੇ ਜਿਹੜਾ। ਬਾਕੀ ਰਹੀ ਗੱਲ ਕਿ ਅੱਜ ਕੱਲ ਜਿਹੜੇ ਹਾਲਾਤ ਹੈਗੇ ਆ ਲੋਕਾਂ ਦੇ ਮਨਾਂ ਦੇ ਵਿੱਚ ਜਿਹੜੀਆਂ ਚੀਜ਼ਾਂ ਚੱਲ ਰਹੀਆਂ, ਬਹੁਤ ਕਈ ਸਮੱਸਿਆਵਾਂ ਵੀ ਹੈਗੀਆਂ ਇੱਥੇ ਦੀਆਂ ਅੰਮ੍ਰਿਤਸਰ ਸਾਹਿਬ ਦੀਆਂ। ਇੱਕ ਇਹ ਜਿਹੜਾ ਦੇਖੋ ਵੀ ਇਹ ਅੰਮ੍ਰਿਤਸਰ ਸ਼ਹਿਰ ਹੈਗਾ, ਦੇਖੋ ਇਹਦੇ ਵਿੱਚ ਇੱਕ ਟੂਰਿਸਟ ਹੱਬ ਆ ਜੀ ਇਹ, ਤੇ ਟੂਰਿਸਟ ਹੱਬ ਕਰਕੇ ਤੇ ਇੱਥੇ ਜਿਹੜੇ ਹੈਗੇ ਸਾਰੇ ਧਰਮਾਂ ਦੇ ਲੋਕ ਜਿਹੜੇ ਆ ਨਾ ਇੱਥੇ ਪਹੁੰਚਦੇ ਆ ਪਹੁੰਚਦੇ ਆ। ਇੱਥੇ ਮੇਰੀ ਉੱਥੇ ਦੇ ਲੋਕਲ ਪੱਤਰਕਾਰ ਦੇ ਨਾਲ ਵੀ ਗੱਲ ਹੋਈ ਆ, ਤੇ ਉਹਦੇ ਵੱਲੋਂ ਵੀ ਜਿਹੜੀਆਂ ਕੁਝ ਸਮੱਸਿਆਵਾਂ ਦੱਸੀਆਂ ਗਈਆਂ ਸ਼ਹਿਰ ਦੀਆਂ, ਜਿਹਨਾਂ ਦੇ ਵਿੱਚ ਜਿੱਦਾਂ ਹੁਣ ਹੈਗਾ ਕਿ ਇੱਕ ਲਾ ਐਂਡ ਆਰਡਰ ਦੀ ਜਿਹੜੀ ਆ ਨਾ, ਲਾ ਐਂਡ ਆਰਡਰ ਪੰਜਾਬ ਦੇ ਵਿੱਚ ਇਹ ਬਹੁਤ ਵੱਡੀ ਸਮੱਸਿਆ ਬਣੀ ਹੋਈ ਹੈ, ਬਹੁਤ ਵੱਡੀ ਸਮੱਸਿਆ ਹੈ ਉੱਥੇ, ਕਿਉਂਕਿ ਉਹਨਾਂ ਦੇ ਮੁਤਾਬਕ ਕਿ ਸੋਸ਼ਲ ਮੀਡੀਆ ਦੇ ਉੱਤੇ ਨਾ ਇਹਦਾ ਹੈਗਾ ਕਾਫੀ ਜਿਹੜਾ ਹੈਗਾ ਦੂਜੇ ਵਾਸਤੇ ਕਿਹਾ ਜਾ ਰਿਹਾ ਵੀ ਲਾ ਐਂਡ ਆਰਡਰ ਜਿਹੜਾ ਕਾਫੀ ਜਿਹੜਾ ਅੰਮ੍ਰਿਤਸਰ ਦਾ ਹੈਗਾ ਉਹ ਪ੍ਰਬੰਧ ਪੂਰੇ ਨਹੀਂ ਹੈਗੇ, ਜਦੋਂ ਕਿ ਇੱਥੇ ਦੁਨੀਆ ਦੇ ਹਰ ਕੋਲੇ ਬਹੁਤ ਭਾਰੀ ਸਮੱਸਿਆ ਹੈ। ਇੱਥੇ ਤਾਂ ਲੜਕੀਆਂ ਦਾ ਵੀ ਦਿਖਾਇਆ, ਕਈ ਵੀਡੀਓ ਆ ਚੁੱਕੀਆਂ ਨੇ ਜਿਹੜੀਆਂ ਨਸ਼ਾ ਕਰਦੀ ਦੇਖੇ ਗਏ ਨੇ। ਜੀ ਜੀ ਬਿਲਕੁਲ ਬਿਲਕੁਲ। ਹੁਣ ਜਿਸ ਤਰ੍ਹਾਂ ਜੀ ਰਾਮ ਤੀਰਥ ਵੀ ਆ ਇੱਥੇ, ਦੁਰਗਿਆਨਾ ਮੰਦਿਰ ਹੈ, ਬਾਘਾ ਬਾਰਡਰ ਆ, ਜਲ੍ਹਿਆਂਵਾਲਾ ਬਾਗ ਆ ਜੀ, ਇਹ ਇੱਕ ਵੱਡਾ ਸਾਡੇ ਪੰਜਾਬ ਦਾ ਰੱਖ ਲਈਏ ਹਿੰਦੁਸਤਾਨ ਦਾ ਇੱਕ ਸਭ ਤੋਂ ਵੱਡਾ ਟੂਰਿਸਟ ਹੱਬ ਆ ਇਹ ਅੰਮ੍ਰਿਤਸਰ। ਜੀ 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 ਜੀ। ਤੇ ਪਰ ਇੱਥੋਂ ਦੀ ਜਿਹੜੀ ਸਰਕਾਰ ਨੂੰ ਬਹੁਤ ਹੀ ਵੱਡੇ ਪ੍ਰਬੰਧ ਕਰਨ ਦੀ ਜ਼ਰੂਰਤ ਆ ਇੱਥੇ ਪੂਰੇ, ਜਿੱਦਾਂ ਇੱਥੇ ਮੁੱਦੇ ਵੀ ਕਾਫੀ ਆ ਜੀ ਇੱਥੇ, ਜਿੱਦਾਂ ਹੁਣ ਬੰਦੀ ਸਿੰਘਾਂ ਦਾ ਮੁੱਦਾ ਵੀ ਆਪਣੇ ਜਿਹੜਾ ਅੰਮ੍ਰਿਤਸਰ ਸਾਹਿਬ ਤੋਂ ਇੱਥੇ ਜ਼ਿਆਦਾ ਚੱਲਦਾ ਆ, ਕਿਉਂਕਿ ਦਰਬਾਰ ਸਾਹਿਬ ਗਲਿਆਰੇ ਦੇ ਵਿੱਚ ਦੇਖੋ ਉੱਥੇ ਸਿੰਘ ਬੈਠੇ ਨੇ ਤੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਕਰ ਰਹੇ ਨੇ। ਜੀ ਜੀ। ਕਿਸਾਨੀ ਮੁੱਦਾ ਵੀ ਇੱਕ ਮੇਨ ਲੈ ਕੇ ਚੱਲੋ, ਇਹ ਇਲੈਕਸ਼ਨ ਵਿੱਚ ਕਾਫੀ ਇਹ ਅਫੈਕਟ ਕਰੇਗਾ ਜਿਹੜਾ ਕਿਸਾਨੀ ਮੁੱਦਾ ਹੈਗਾ ਨਾ। ਤੀਜਾ ਅੰਮ੍ਰਿਤਪਾਲ ਜੀ ਦਾ ਹੈਗਾ ਕਿ ਜਿਹੜੇ ਅੰਮ੍ਰਿਤਪਾਲ ਜੀ ਡਿਬਰੂਗੜ੍ਹ ਜੇਲ੍ਹ ਚ ਬੰਦ ਆ ਤੇ ਉਹਨਾਂ ਦੀ ਰਿਹਾਈ ਨੂੰ ਲੈ ਕੇ ਵੀ ਜਿਹੜੇ ਸਿੱਖ ਸੰਗਤਾਂ ਜਿਹੜੀਆਂ ਹੈਗੀਆਂ ਰੋਸ ਪ੍ਰਗਟ ਕਰ ਰਹੀਆਂ।
ਤੇ ਜਿਹੜੇ ਸਰਕਾਰ ਦੇ ਜਿਹੜੀਆਂ ਇਹ ਜਿਹੜੀਆਂ ਐਂਟੀ ਜਾਣਗੀਆਂ ਜਿਹੜੀਆਂ ਚੀਜ਼ਾਂ ਇੱਕ ਹੋਰ ਜਿਹੜਾ ਆਪਣਾ ਦਰਬਾਰ ਸਾਹਿਬ ਦੇ ਆਲੇ ਦੁਆਲੇ ਕੀਰਤਨ ਚੱਲਦਾ ਸੀਗਾ, ਉਹਦੇ ਬਾਰੇ ਵੀ ਲੋਕਾਂ ਦੇ ਵਿੱਚ ਰੋਸ ਹੈ ਕਿ ਪੰਜਾਬ ਸਰਕਾਰ ਨੇ ਆਪਣੀਆਂ ਐਡਾਂ ਚਲਾਈ ਜਾਂਦੀ ਹੈ। ਉਹ ਬਿਲਕੁਲ ਠੀਕ ਹੈ ਜੀ, ਉਹ ਵੀ ਜਿਹੜਾ ਹੈਗਾ ਉੱਥੇ ਦੇਖੋ ਵੀ 2 ਸਾਲ ਤੋਂ ਪਹਿਲਾਂ ਉੱਥੇ ਤੁਸੀਂ ਆਮ ਤੁਸੀਂ ਵੀ ਦੇਖਿਆ ਹੋਵੇਗਾ ਦਰਸ਼ਨ ਜੀ, ਤੇ ਗੁਰਬਾਣੀ ਦਾ ਉੱਥੇ ਪ੍ਰਵਾਹ ਵਗਦਾ ਸੀ ਜੀ, ਜੋ ਅੰਦਰ ਦਰਬਾਰ ਸਾਹਿਬ ਦੇ ਵਿੱਚ ਹਰਿਮੰਦਰ ਸਾਹਿਬ ਦੇ ਵਿੱਚ ਜਿਹੜਾ ਵੀ ਕੀਰਤਨ ਚੱਲਦਾ ਸੀ ਤੇ ਉਹ ਕੀਰਤਨ ਲਾਈਵ ਨਾਲੋ ਨਾਲ ਬਾਹਰ ਜਿਹੜਾ ਗਲਿਆਰਾ ਆ ਉਹਦੇ ਵਿੱਚ ਕੀਰਤਨ ਚੱਲਦਾ ਸੀ। ਤੇ ਲੇਕਿਨ ਹੁਣ ਉਹ 2 ਸਾਲ ਦੇ ਕਰੀਬ ਉਹ ਬੰਦ ਆ, ਤੇ ਉੱਥੇ ਸਿਰਫ ਜਿਹੜੀਆਂ ਹੈਗੀਆਂ ਸਰਕਾਰ ਦੀਆਂ ਐਡਾਂ ਹੀ ਚੱਲਦੀਆਂ। ਤੇ ਇਹ ਵੀ ਸਿੱਖ ਸੰਗਤਾਂ ਦੇ ਵਿੱਚ ਜਿਹੜੀ ਹੈਗੀ ਆ ਰੋਸ ਦੀ ਇੱਕ ਗੱਲ ਹੈਗੀ ਆ, ਬਹੁਤ ਬਹੁਤ ਜ਼ਿਆਦਾ ਹੈ। ਇੱਕ ਹੋਰ ਮੈਨੂੰ ਦੱਸਿਓ ਕਿ ਜਿਹੜਾ ਅੰਮ੍ਰਿਤਸਰ ਹੈ ਖਾਸ ਤੌਰ ਤੇ ਭਾਰਤੀ ਜਨਤਾ ਪਾਰਟੀ ਇੱਥੇ ਵੱਡੇ ਚਿਹਰੇ ਲੈ ਕੇ ਆਉਂਦੀ ਰਹਿੰਦੀ ਹੈ ਜੀ, ਤੇ ਕਈ ਚਿਹਰਿਆਂ ਨੂੰ ਤਾਂ ਸਫਲਤਾ ਮਿਲ ਜਾਂਦੀ ਹੈ, ਜਿਵੇਂ ਨਵਜੋਤ ਸਿੰਘ ਸਿੱਧੂ ਆਏ ਸੀਗੇ ਜੀ, ਉਹਨਾਂ ਨੇ ਇੱਥੇ ਸਫਲਤਾ ਹਾਸਲ ਕੀਤੀ ਤੇ ਉਹ ਜਿੱਤਦੇ ਵੀ ਰਹੇ। ਉਸ ਤੋਂ ਬਾਅਦ ਦੇਖੋ ਅਰੁਣ ਜੇਤਲੀ ਆਏ, ਹਰਦੀਪ ਪੁਰੀ ਆਏ, ਹੁਣ ਤਰਨਜੀਤ ਸਿੰਘ ਸੰਧੂ ਆ ਗਏ ਨੇ, ਤੇ ਕੀ ਲੋਕਾਂ ਦੇ ਵਿੱਚ ਇਸ ਗੱਲ ਦਾ ਕੀ ਕਾਰਨ ਹੈ ਕਿ ਉਹ ਅਕਸਰ ਹੀ ਭਾਰਤੀ ਜਨਤਾ ਪਾਰਟੀ ਦੇ ਵੱਡੇ ਚਿਹਰੇ ਨੂੰ ਹਰਾ ਦਿੰਦੇ ਆ? ਇਸ ਤਰ੍ਹਾਂ ਸੀਗਾ ਜੀ, ਦੇਖੋ ਜਦੋਂ ਜਿਹੜਾ ਅੰਮ੍ਰਿਤਸਰ ਵਿੱਚ ਜਦੋਂ ਬੀਜੇਪੀ ਤੇ ਅਕਾਲੀ ਦਲ ਦਾ ਜਿਹੜਾ ਪਹਿਲਾਂ ਸਮਝੌਤਾ ਹੁੰਦਾ ਸੀ ਨਾ, ਉਹ ਵੀ ਬੜਾ ਫੈਕਟਰ ਸੀ, ਉਹਦੇ ਕਰਕੇ ਜਿਹੜੇ ਪਿੰਡਾਂ ਦੇ ਵਿੱਚ ਜਿਹੜੀ ਵੋਟ ਹੈਗੀ ਆ ਉਹ ਹੁਣ ਅਕਾਲੀ ਦਲ ਦੀ ਕਾਫੀ ਹੈਗੀ, ਬੀਜੇਪੀ ਦੀ ਪਿੰਡਾਂ ਦੇ ਵਿੱਚ ਘੱਟ ਆ ਤੇ ਸ਼ਹਿਰ ਦੇ ਵਿੱਚ ਜਿਹੜੀ ਹੈਗੀ ਆ ਜ਼ਿਆਦਾ। ਦੂਜੀ ਗੱਲ ਜਿਹੜੀ ਤੁਸੀਂ ਕਹਿੰਦੇ ਹੋ ਵੱਡੇ ਚਿਹਰੇ ਨੂੰ ਹਰਾ ਦਿੰਦੇ ਆ, ਇਹ ਇਸ ਤਰ੍ਹਾਂ ਜਿਹੜੀ ਮੈਂ ਤੁਹਾਨੂੰ ਦਰਸ਼ਨ ਜੀ ਪਹਿਲਾਂ ਗੱਲ ਦੱਸੀ ਆ ਨਾ ਕਿ ਲੋਕ ਜਿਹੜੇ ਚਾਹੁੰਦੇ ਆ ਕਿ ਸਾਡਾ ਜਿਹੜਾ ਵੀ ਉਮੀਦਵਾਰ ਸਾਡਾ ਜਿਹੜਾ ਵੀ ਹੋਵੇ ਉਹ ਇਸ ਹਲਕੇ ਦਾ ਹੋਵੇ, ਇਸ ਸ਼ਹਿਰ ਦਾ ਹੋਵੇ, ਤੇ ਉਹ ਉਹ ਜ਼ਰੂਰੀ ਜਿਹੜੀ ਹੈ ਕਿ ਮੰਨਦੇ ਆ। ਤੇ ਹੁਣ ਜਦੋਂ ਬਾਹਰੋਂ ਹੁਣ ਤੁਸੀਂ ਦੇਖਿਆ ਹੋਣਾ ਗੁਰਦਾਸਪੁਰ ਵਿੱਚ ਵੀ ਤੇ ਇੱਥੇ ਵੀ, ਜਿੱਦਾਂ ਗੁਰਦਾਸਪੁਰ ਵਿੱਚ ਵੀ ਬਾਹਰੋਂ ਆ ਕੇ ਉਮੀਦਵਾਰ ਖੜਾ ਕਰ, ਜਿੱਦਾਂ ਹੁਣ ਉੱਥੇ ਖੜੇ ਕਰ ਲੈਂਦੇ ਆ ਜੀ, ਜਿੱਦਾਂ ਬੀਜੇਪੀ ਵੱਲੋਂ ਖੜਾ ਕੀਤਾ ਜਾਂਦਾ ਉਹ ਜਿੱਤ ਵੀ ਜਾਂਦਾ ਤੇ ਮੁੜ ਕੇ ਕੋਈ ਉੱਥੇ ਵੜਦਾ ਨੀ ਹੈਗਾ, ਲੋਕ ਵੀ ਪਰੇਸ਼ਾਨ ਹੁੰਦੇ ਆ। ਇਹ ਸਾਰੀਆਂ ਚੀਜ਼ਾਂ ਲੋਕ ਦੇਖਦੇ ਅੱਜ ਕੱਲ, ਉਹ ਪੁਰਾਣਾ ਸਮਾਂ ਨਹੀਂ ਰਿਹਾ ਜੀ ਹੁਣ ਕਿ ਜਿੱਦਾਂ ਅੱਜ ਕੱਲ ਅੱਗੇ ਹੁੰਦਾ ਸੀਗਾ, ਨਹੀਂ ਪਿੰਡ ਵਿੱਚ ਵੀ ਹੁੰਦਾ ਸੀ ਜੇ ਮੈਂ ਆ ਤੇ ਮੈਂ ਕਹਿ ਦਿੰਦਾ ਸੀਗਾ ਜੀ ਮੇਰੇ ਕੋਲ 100 ਵੋਟ ਆ ਜਾਂ 200 ਵੋਟ ਆ ਮੈਂ ਪਵਾ ਦਾਂਗਾ, ਅੱਜ ਕੱਲ ਤਾਂ ਆਪਣੇ ਪਰਿਵਾਰ ਦਾ ਪਤਾ ਨੀ ਹੈ ਕਿ ਪਰਿਵਾਰ ਦਾ ਮੈਂਬਰ ਦਾ ਕਿੱਧਰ ਨੂੰ ਹੈ ਝੁਕਾ ਤੇ ਕਿੱਧਰ ਵੋਟ ਪਾਏਗਾ। ਜੀ 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 ਤੇ ਇਸ ਤੋਂ ਇਲਾਵਾ ਵੀ ਜਿਹੜੇ ਇੱਥੇ ਦੇ ਲੋਕ ਜਿਸ ਤਰੀਕੇ ਦੇ ਨਾਲ ਇਹ ਮੰਗ ਵੀ ਹੋ ਰਹੀ ਹੈ ਵੀ ਇਸ ਨੂੰ ਚੰਗੀ ਤਰੀਕੇ ਨਾਲ ਡਿਵੈਲਪ ਕੀਤਾ ਜਾਵੇ, ਜਿਵੇਂ ਇੱਥੇ ਵਾਹਗਾ ਪੁਰਾਣਾ ਦੇ ਉੱਤੇ ਆਪਾਂ ਲੋਕ ਟੂਰਿਸਟ ਜਾਂਦੇ ਆ, ਜਿਵੇਂ ਤੁਸੀਂ ਪਹਿਲਾਂ ਵੀ ਗੱਲ ਕੀਤੀ ਹੈ ਜੀ 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 ਵੀ ਇਹਨੂੰ ਅੰਮ੍ਰਿਤਸਰ ਨੂੰ ਹੋਰ ਵੀ ਡਿਵੈਲਪ ਹੋਣਾ ਕਰਨ ਵਾਸਤੇ ਲੋਕਾਂ ਦੀ ਮੰਗ ਹੈ। ਲੋਕ ਇਹ ਮੰਗ ਕਰਦੇ ਆ ਜੀ ਕਿ ਜਿਹੜਾ ਦੇਖੋ ਐਡਾ ਵੱਡਾ ਇਹ ਇੱਕ ਟੂਰਿਸਟ ਹੱਬ ਹੈਗੀ ਆ ਤੇ ਦਾਅਵੇ ਆਪਾਂ ਬੜੇ ਬੜੇ ਕਰਦੇ ਨੇ ਕਿ ਅਸੀਂ 1 ਕਰੋੜ ਲਾਵਾਂਗੇ, 1 ਕਰੋੜ ਲਾਵਾਂਗੇ, ਆਹ ਕਰਾਂਗੇ, ਪਰ ਉੱਥੇ ਹੁਣ ਮੇਨ ਜਿੱਦਾਂ ਹੁਣ ਸਮੱਸਿਆਵਾਂ ਜਿਵੇਂ ਸਫਾਈ ਦਾ ਮੁੱਦਾ, ਸਫਾਈ ਸ਼ਹਿਰ ਦੀ ਸਫਾਈ ਬਹੁਤ ਜ਼ਰੂਰੀ ਆ ਜੀ, ਤੇ ਇਹ ਜਿਹੜਾ ਹੈਗਾ ਸਫਾਈ ਉੱਥੇ ਹੈ ਨੀ, ਸੀਵਰੇਜ ਤੇ ਲਾ ਐਂਡ ਆਰਡਰ ਹੋ ਗਿਆ। ਮੈਂ ਹੁਣ ਪਹਿਲਾਂ ਵੀ ਜ਼ਿਕਰ ਕਰਕੇ ਹਟਿਆ ਕਿ ਇਹ ਸੋਸ਼ਲ ਮੀਡੀਆ ਤੇ ਪਿਛਲੇ ਮਹੀਨਾ ਕੁ ਪਹਿਲਾਂ ਇਹਨੂੰ ਇੱਕ ਸੋਸ਼ਲ ਮੀਡੀਆ ਤੇ ਕ੍ਰਾਈਮ ਸਿਟੀ ਕਹਿ ਕਿਹਾ ਜਾ ਰਿਹਾ ਕਿ ਅੰਮ੍ਰਿਤਸਰ ਇੱਕ ਕ੍ਰਾਈਮ ਸਿਟੀ ਆ, ਜਿਹੜਾ ਕਿ ਸਰਕਾਰ ਨੂੰ ਜਿਹੜੀ ਵੀ ਮੌਜੂਦਾ ਸਰਕਾਰ ਆ ਉਹਨੂੰ ਬਿਲਕੁਲ ਧਿਆਨ ਦੇਣ ਦੀ ਲੋੜ ਆ, ਇੱਥੇ ਜ਼ਿਆਦਾ ਧਿਆਨ ਦੇਣ ਦੀ ਲੋੜ ਆ, ਕਿਉਂਕਿ ਇੱਥੇ ਦੇਖੋ ਵਿਦੇਸ਼ਾਂ ਤੋਂ ਵਿਦੇਸ਼ਾਂ ਤੋਂ ਉੱਤੋਂ ਸਾਡੇ ਇੱਥੋਂ ਟੂਰਿਸਟ ਜਿਹੜੇ ਇੱਥੇ ਆਉਂਦੇ ਆ, ਸਾਰੇ ਧਰਮਾਂ ਦੇ ਲੋਕ ਆਉਂਦੇ ਆ, ਤੇ ਉਹਨਾਂ ਦੀ ਹਿਫਾਜ਼ਤ ਕਰਨੀ, ਉਹਨਾਂ ਨੂੰ ਅੱਛੀ ਜਿਹੜੀ ਹੈਗੀ ਆ ਸਹੂਲਤਾਂ ਦੇਣਾ ਵੀ ਸਾਡਾ
ਮੇਨ ਸਾਡੀ ਸਰਕਾਰ ਦਾ ਫਰਜ਼ ਬਣਦਾ। ਠੀਕ ਹੈ ਸੁਖਦੇਵ ਜੀ, ਅਸਲ ਦੇ ਵਿੱਚ ਤਾਂ ਆਪਾਂ ਕਹਿ ਸਕਦੇ ਹਾਂ ਕਿ ਆਪਣੀ ਮੌਜੂਦਾ ਪੰਜਾਬ ਸਰਕਾਰ ਹੀ ਨਹੀਂ, ਕੇਂਦਰ ਸਰਕਾਰ ਨੂੰ ਵੀ ਇਸ ਗੱਲ ਧਿਆਨ ਦੇਣਾ ਚਾਹੀਦਾ, ਬਿਲਕੁਲ ਜੀ, ਕਿਉਂਕਿ ਅੰਮ੍ਰਿਤਸਰ ਜਿਹਨੂੰ ਕਹਿੰਦੇ ਅੰਮ੍ਰਿਤਸਰ ਸੇਫਟੀ ਦਾ ਘਰ, ਇੱਥੇ ਤੁਹਾਨੂੰ ਪਤਾ ਹੀ ਹੈ ਕਿ ਪੂਰੀ ਦੁਨੀਆ ਤੋਂ ਟੂਰਿਸਟ ਆਉਂਦੇ ਨੇ, ਤੇ ਜੇਕਰ ਸਾਡਾ ਇਹ ਸ਼ਹਿਰ ਵਧੀਆ ਹੋਊਗਾ ਤਾਂ ਇੱਥੇ ਟੂਰਿਸਟ ਬਹੁਤ ਆਉਣਗੇ, ਕਾਰੋਬਾਰ ਵਧੂਗਾ, ਰੁਜ਼ਗਾਰ ਵਧੂਗਾ। ਇਸ ਗੱਲ ਕਰਕੇ ਇਹ ਮੰਗ ਉੱਠਣੀ ਵੀ ਚਾਹੀਦੀ ਹੈ ਤੇ ਉਠਾਉਣੀ ਵੀ ਚਾਹੀਦੀ ਹੈ। ਸੁਖਦੇਵ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ, ਕੱਲ ਨੂੰ ਫੇਰ ਆਪਾਂ ਨਵੇਂ ਮੁੱਦੇ ਦੇ ਉੱਤੇ ਗੱਲ ਕਰਾਂਗੇ। ਸੋ ਦੋਸਤੋ ਤੇ ਦਰਸ਼ਕੋ, ਤੁਸੀਂ ਇਹ ਸਾਰੀਆਂ ਰਿਪੋਰਟਾਂ ਸੁਣੀਆਂ ਤੇ ਆਉਣ ਵਾਲੇ ਸਮੇਂ ਦੇ ਵਿੱਚ ਇਹ ਪਤਾ ਲੱਗ ਜੂਗਾ ਕਿ ਕਿਹੜੀ ਪਾਰਟੀ ਇਸ ਸਮੇਂ ਕਿੰਨੇ ਕੁ ਪਾਣੀ ਦੇ ਵਿੱਚ ਹੈ ਜਾਂ ਕਿਹੜੇ ਉਮੀਦਵਾਰ ਨੂੰ ਕਿੰਨਾ ਕੁ ਹੁੰਗਾਰਾ ਮਿਲ ਰਿਹਾ ਹੈ। ਅਤੇ ਸਾਰੀਆਂ ਪਾਰਟੀਆਂ ਪੱਟਾਂ 'ਤੇ ਹੱਥ ਮਾਰ ਮਾਰ ਕੇ ਇਹ ਕਹਿ ਰਹੀਆਂ ਨੇ ਕਿ ਜਿੱਤ ਅਸੀਂ ਹਾਸਲ ਕਰਨੀ ਹੈ, ਪਰ ਅਸਲ ਦੇ ਵਿੱਚ ਇਹ ਜਿੱਤ ਜਾਂ ਹਾਰ ਵੋਟਰਾਂ ਦੇ ਹੱਥ ਵਿੱਚ ਹੈ ਅਤੇ ਤੁਸੀਂ ਇਹ ਵੋਟ ਜ਼ਰੂਰ ਪਾਉਣੀ ਹੈ। ਅਤੇ ਇਹਦੇ ਨਾਲ ਨਾਲ ਇਹ ਵੀ ਦੇਖਣਾ ਕਿ ਅੰਮ੍ਰਿਤਸਰ ਦਾ ਵਿਕਾਸ ਕਿਸ ਤਰ੍ਹਾਂ ਹੁੰਦਾ, ਕਿਹੜੀ ਪਾਰਟੀ ਆਪਣੇ ਵਾਅਦੇ ਪੂਰੇ ਕਰਦੀ ਹੈ, ਇਹ ਸਭ ਕੁਛ ਆਉਣ ਵਾਲੇ ਸਮੇਂ ਦੇ ਵਿੱਚ ਪਤਾ ਲੱਗ ਜੂਗਾ। ਅਤੇ ਕੱਲ੍ਹ ਨੂੰ ਦਰਸ਼ਕੋ ਕੋਈ ਨਵੀਂ ਜਾਣਕਾਰੀ ਲੈ ਕੇ ਜਾਂ ਕਿਸੇ ਹੋਰ ਨਵੇਂ ਲੋਕ ਸਭਾ ਹਲਕੇ ਦੇ ਬਾਰੇ ਆਪਾਂ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ। ਉਦੋਂ ਤੱਕ ਮੈਨੂੰ ਦਰਸ਼ਨ ਸਿੰਘ ਦਰਸ਼ਕ ਨੂੰ ਦਿਓ ਆਗਿਆ, ਸਤਿ ਸ਼੍ਰੀ ਅਕਾਲ।